सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। ਪੰਜਾਬੀ 뮤직 ਇੰਡਸਟਰੀ ਵਿੱਚ ਆਏ ਦਿਨ ਕੋਈ ਨਾ ਕੋਈ ਗਾਣਾ ਰਿਲੀਜ਼ ਹੋਏ ਰਹਿੰਦਾ ਹੈ। ਅਰ ਜੇਕਰ ਹੁਣ ਗੱਲ ਕੀਤੀ ਜਾਵੇ ਸਿੱਪੀ ਗਿੱਲ ਦੀ ਤਾਂ ਉਹਨਾਂ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ। ਦੱਸਦੇ ਤੁਹਾਨੂੰ ਕਿ ਸਿੱਪੀ ਗਿੱਲ ਬਹੁਤ ਜਲਦ ਆਪਣੇ ਫੈਨਸ ਦੇ ਲਈ ਲੈ ਕੇ ਆ ਰਿਹਾ ਆਪਣਾ ਨਵਾਂ ਗਾਣਾ। ਔਰ ਇਸ ਗਾਣੇ ਦਾ ਫਸਟ ਲੁੱਕ ਵੀ ਉਹਨਾਂ ਨੇ ਸ਼ੇਅਰ ਕਰ ਦਿੱਤਾ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ। ਇਸ ਵਾਰ ਆਪਣੇ ਗਾਣੇ ਦੇ ਵਿੱਚ ਨਵੇਂ ਲੁੱਕ 'ਚ ਨਜ਼ਰ ਆ ਰਹੇ ਨੇ ਸਿੱਪੀ ਗਿੱਲ। ਦੱਸਦੇ ਤੁਹਾਨੂੰ ਕਿ ਗਾਣੇ ਦਾ ਟਾਈਟਲ ਹੈ 7 ਬਰਥ। ਔਰ ਇਸ ਗਾਣੇ ਦੇ ਵਿੱਚ ਮਿਊਜ਼ਿਕ ਹੈ ਲਾਡੀ ਗਿੱਲ ਦਾ ਅਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗਾਣੇ ਨੂੰ ਗਾਇਆ, ਲਿਖਿਆ ਤੇ ਕੰਪੋਜ਼ ਖੁਦ ਕੀਤਾ ਹੈ ਸਿੱਪੀ ਗਿੱਲ ਨੇ। ਔਰ ਇਹ ਗਾਣਾ 10 ਮਿੰਟ ਰੈਕਟਸ ਪ੍ਰੈਜ਼ੈਂਟ ਕਰ ਰਹੇ ਨੇ। ਫਿਲਹਾਲ ਇਹ ਗਾਣਾ ਰਿਲੀਜ਼ ਕਦ ਹੋਏਗਾ ਇਸ ਦੇ ਬਾਰੇ ਸਿੱਪੀ ਗਿੱਲ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਬਸ ਇਹਨਾਂ ਲਿਖਿਆ ਰਿਲੀਜ਼ਿੰਗ ਸ਼ਾਰਟਲੀ। ਦੇਖਣਾ ਇਹ ਹੋਵੇਗਾ ਕਿ ਇਹ ਸਰਪ੍ਰਾਈਜ਼ ਕਿਸ ਟਾਈਮ ਰਿਲੀਜ਼ ਹੋ ਜਾਏਗਾ। ਫਿਲਹਾਲ ਤੁਹਾਨੂੰ 7 ਬਰਥ ਦਾ ਹੁਣ ਕਿੰਨਾ ਕੁ ਇੰਤਜ਼ਾਰ ਹੈ ਤੇ ਕੀ ਕਹਿਣਾ ਚਾਹੋਗੇ ਸਿੱਪੀ ਗਿੱਲ ਦੇ ਇਸ ਗਾਣੇ ਦੇ ਬਾਰੇ, ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।